ਤੁਸੀਂ ਦੋਨੋਂ ਆਏ ਜੇ ਜਿਹੜਾ ਮੁੰਡਾ ਨੂੰ ਛੱਡਣ ਆਇਆ ਠੀਕ ਹੈ ਇੱਥੇ ਹੀ ਖੜੋਤਾ ਮੈਂ ਕਦੋਂ ਦਾ ਸਾਰੇ ਇੱਥੇ ਆਸ਼ਕੀ ਕਰਨ ਆਉਂਦੇ ਨੇ ਜਿਹੜੇ ਚਲੋ ਫਲਾਣਾ ਸਿੰਘ ਪੁੱਤ ਫਲਾਣਾ ਸਿੰਘ ਦਾ ਠੀਕ ਹੈ ਦੁਬਾਰਾ ਮਿਲੇ ਤਾਂ ਵੀ ਹੋਊ ਬੋਲ 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 ਬੋਲ
ਨਾ ਉਹਨਾਂ ਨੂੰ ਨਾ ਕਰਦੇ ਹੋ ਨਾ ਬੋਲਣਾ ਨਾ ਕਰਦੇ ਹੋ।
ਰਾਈ ਕਿੰਨੇ ਕਿਹੜੇ ਮੁੱਦਿਆਂ ਨੂੰ ਲੈ ਕੇ ਸਰ ਇਹ ਐਫ ਆਈ ਆਰ ਦੇ ਵਿੱਚ ਆਉਣ ਵਾਲੇ ਦਿਨਾਂ 'ਚ 15 ਅਗਸਤ 'ਤੇ ਜੋ ਸਾਡਾ ਹਰ ਸਾਲ ਦੀ ਤਰ੍ਹਾਂ ਦਿਹਾੜਾ ਮਨਾਇਆ ਜਾਂਦਾ ਉਹਦੇ ਮੱਦੇਨਜ਼ਰ ਰੱਖ ਕੇ ਪ੍ਰੋਗਰਾਮ ਸ਼ਾਂਤੀਪੂਰਨ ਕਰਾਉਣ ਵਾਸਤੇ ਅਤੇ ਪੀਸਫੁੱਲ ਕਰਾਉਣ ਵਾਸਤੇ ਅਤੇ ਲਾਅਨ ਐਂਡ ਮੇਨਟੇਨ ਰੱਖਣ ਵਾਸਤੇ ਉਹਦੇ ਮੱਦੇਨਜ਼ਰ ਸਾਡੇ ਵੱਲੋਂ ਫਲੈਗ ਸ਼ਹਿਰ ਵਿੱਚ ਜਿਹੜੇ ਭੀੜ ਵਾਲੀਆਂ ਜਗ੍ਹਾ ਉੱਥੇ ਫਲੈਗ ਮਾਰਚ ਵੀ ਕੱਢੇ ਗਏ ਆ ਜੋ ਭੀੜ ਵਾਲੀਆਂ ਜਗ੍ਹਾ ਗਈਆਂ ਬੱਸ ਸਟੈਂਡ ਰੇਲਵੇ ਸਟੇਸ਼ਨ ਉਹਨਾਂ ਵਿੱਚ ਚੈੱਕ ਕੀਤਾ ਜਾ ਰਿਹਾ ਉਹਦੇ ਵਿੱਚ ਕੋਈ ਵੀ ਸ਼ੱਕੀ ਵਿਅਕਤੀ ਚੈੱਕ ਕੀਤਾ ਜਾ ਰਿਹਾ ਮਾੜੇ ਅਨਸਰਾਂ 'ਤੇ ਨਿਗਰਾਨੀ ਰੱਖੀ ਜਾ ਰਹੀ ਸਰ ਹੁਣ ਤੱਕ ਕੋਈ ਰਿਕਵਰੀ ਵੀ ਕੀਤੀ ਗਈ ਉਹਦੇ ਵਿੱਚ ਅਸੀਂ ਚੈੱਕ ਕੀਤਾ 3 ਮੋਟਰਸਾਈਕਲ ਜੋ ਬਿਨਾਂ ਕਾਗਜ਼ਾਂ ਤੋਂ ਹੈਗੇ ਉਹ ਮਿਲੇ ਉਹਨਾਂ ਲਿਆ ਕੇ ਅਸੀਂ ਲਿਜਾ ਕੇ ਵੈਰੀਫਾਈ ਕਰਾਂਗੇ ਜੇ ਕੋਈ ਬਿਨਾਂ ਪੇਪਰ ਤੋਂ ਜਾਂ ਜੋ ਚੋਰੀ ਦੇ ਉਹ ਜੋ ਵੀ ਬਣਦੀ ਸਾਡੇ ਵੱਲੋਂ ਕਾਰਵਾਈ ਕੀਤੀ ਜਾਏਗੀ ਸਾਡੇ ਚੈਨਲ ਦੇ ਰਾਹੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਸੀਂ ਪ੍ਰੈਸ ਦੇ ਜ਼ਰੀਏ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਆ ਜੋ ਆਉਣ ਵਾਲੇ ਦਿਨਾਂ 'ਚ ਜੋ ਬਹੁਤ ਮਹੱਤਵਪੂਰਨ ਦਿਨ ਹੈ ਉਹਦੇ 'ਚ ਕੋਈ ਵੀ ਸ਼ੱਕੀ ਵਿਅਕਤੀ ਜਾਂ ਸ਼ੱਕੀ ਚੀਜ਼ ਮਿਲਦੀ ਉਹਦੇ 'ਚ ਲੋਕਲ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਬਾਕੀ ਲਾਇਨ ਆਰਡਰ ਹਰ ਹਾਲਤ 'ਚ ਮੇਨਟੇਨ ਰੱਖਿਆ ਜਾਏਗਾ ਜੀ ਸਰ ਅੱਜ ਕਿਸ ਤਰ੍ਹਾਂ ਸਰਚ ਅਭਿਆਨ ਚਲਾਇਆ ਗਿਆ ਜੀ 15 ਅਗਸਤ ਨੂੰ ਮੱਦੇਨਜ਼ਰ ਰੱਖਦੇ ਐਸ ਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਫਲੈਗ ਮਾਰਚ ਕੱਢਿਆ ਗਿਆ ਏਰੀਆ ਦੇ ਵਿੱਚ ਔਰ ਇਹ ਬੱਸ ਸਟੈਂਡ ਦੇ ਵਿੱਚ ਜਿਹੜੇ ਸਸਪੈਕਟਡ ਪਰਸਨ ਸੀਗੇ ਜਿੱਦਾਂ ਵੀ ਹੈ ਉਹਨਾਂ ਦੀ ਸਰਚ ਵੀ ਕੀਤੀ ਜੀ ਕਿੱਥੋਂ ਲੈ ਕੇ ਸਰ ਇਹ ਸਰਚ ਅਭਿਆਨ ਸ਼ੁਰੂ ਕੀਤਾ ਗਿਆ ਜੀ ਇਹ ਸਰਚ ਅਭਿਆਨ ਥਾਣੇ ਤੋਂ ਲੈ ਕੇ ਪੂਰੇ ਬਾਜ਼ਾਰਾਂ ਦੇ ਵਿੱਚੋਂ ਹੋ ਕੇ ਇੱਥੇ ਆ ਕੇ ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ ਸਰ 15 ਅਗਸਤ ਮੰਦਰ ਜਾਏ 15 ਅਗਸਤ ਦੇ ਮੱਦੇ ਦਾ ਰੱਖੇ ਹੋਏ ਆਪਦੇ ਆਪ ਨੂੰ ਵੇਅਰ ਰੱਖਣ ਹੈ ਨਾ ਜੇ ਕੋਈ ਸਸਪੈਕਟਡ ਪਰਸਨ ਜਾਂ ਚੱਕੀ ਚੀਜ਼ ਵਸਤੂ ਮਿਲਦੀ ਹੈਗੀ ਉਹਨੂੰ ਹੱਥ ਲਾਉਣ ਤੋਂ ਪਹਿਲੇ ਪੁਲਿਸ ਨੂੰ ਇਨਫੋਰਮ ਕਰ ਅਵੇਅਰ ਰਹਿਣ